ਸਤਿ ਸ਼੍ਰੀ ਅਕਾਲ ਜੀ ਸੋ ਅੱਜ ਗੱਲ ਕਰਦੇ ਆਂ ਜੀ ਤਾਜਮਹਿਲ ਦੇ ਇਤਿਹਾਸ ਬਾਰੇ ਤੇ ਕੀ ਲੁਕਿਆ ਹੋਇਆ ਹੈ ਇਹਦੇ 22 ਦਰਵਾਜ਼ਿਆਂ ਦੇ ਅੰਦਰ ਕੁਝ ਕੁ ਲੋਕਾਂ ਦਾ ਇਹ ਮੰਨਣਾ ਹੈ ਕਿ ਇਹਦੇ ਪਿੱਛੇ Hindu ਧਰਮ ਦੀਆਂ ਮੂਰਤੀਆਂ ਨੇ ਤੇ ਕੁਝ ਕੁ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਇੱਕ ਆਪ ਸ਼ਿੰਮੰਦਰ ਹੈ ਤੇ ਇਹਦਾ ਨਾਮ ਤੇਜੋ ਮਹਾਲਿਆ ਹੈ ਸੋ ਇਹਦੇ ਪਿੱਛੇ ਨਾ ਕਈ ਥਿਓਰੀਆਂ ਨਿਕਲ ਕੇ ਆਉਂਦੀਆਂ ਨੇ ਜਿਨ੍ਹਾਂ 'ਚੋਂ ਦੋ ਥਿਓਰੀਆਂ ਬਹੁਤ ਫੇਮਸ ਨੇ ਪਹਿਲੀ ਥਿਓਰੀ ਦੇ ਹਿਸਾਬ ਨਾਲ ਇਹਨੂੰ ਰਾਜਾ ਸ਼ਾਹਜਹਾਨ ਨੇ ਨਹੀਂ ਬਣਾਇਆ ਇਹ ਚੀਜ਼ ਸੁਣ ਕੇ ਨਾ ਆਪਣੇ ਪੈਰਾਂ ਦੇ ਥੱਲੇ ਵੀ ਜ਼ਮੀਨ ਨਿਕਲ ਜਾਂਦੀ ਕਿਉਂਕਿ ਆਪਾਂ ਨੂੰ ਬਚਪਨ ਤੋਂ ਇਹ ਹੀ ਪੜਾਇਆ ਗਿਆ ਹੈ ਜਾਂ ਆਪਾਂ ਲੋਕਾਂ ਤੋਂ ਸੁਣਦੇ ਆ ਰਹੇ ਹਾਂ ਕਿ ਤਾਜਮਹਿਲ ਨੂੰ ਸ਼ਾਹਜਹਾਨ ਨੇ ਬਣਾਇਆ ਪਰ ਪਹਿਲੀ ਥਿਊਰੀ ਦੇ ਹਿਸਾਬ ਨਾਲ ਇਹਨੂੰ ਤਾਜਮਹਿਲ ਨੂੰ ਸ਼ਾਹਜਹਾਨ ਨੇ ਨਹੀਂ ਬਣਾਇਆ ਇਹਨੂੰ ਬਣਾਇਆ ਰਾਜਾ ਪਰਮਾਰਦੀ ਦੇਵ ਨੇ 13ਵੀਂ ਸਦੀ ਦੇ ਵਿੱਚ ਰਾਜਾ ਪਰਮਾਰਦੀ ਦੇਵ ਨੇ ਉਸ ਤੋਂ ਬਾਅਦ ਇਹਨੂੰ ਅਗਾਹਾਂ ਪਾਸ ਔਨ ਕੀਤਾ ਰਾਜਾ ਮਾਨ ਸਿੰਘ ਨੂੰ ਤੇ ਰਾਜਾ ਮਾਨ ਸਿੰਘ ਤੋਂ ਗਾਹਾਂ ਉਹਨਾਂ ਦੇ ਪੋਤੇ ਕੋਲ ਗਿਆ ਜੈ ਸਿੰਘ ਦੇ ਕੋਲੋਂ ਜਿਹੜੇ ਸ਼ਾਹਜਹਾਨ ਸੀਗੇ ਉਹਨਾਂ ਨੇ ਜੈ ਸਿੰਘ ਦੇ ਕੋਲੋਂ ਲਿਆ ਸੀਗਾ ਤਾਜਮਹਾਲ ਨੂੰ ਸੋ ਪਹਿਲੀ ਥਿਉਰੀ ਤਾਂ ਹੋਵੇ ਏ ਤੇ ਦੂਜੀ ਥਿਉਰੀ ਦੇ ਹਿਸਾਬ ਨਾਲ ਇਹਨੂੰ ਸ਼ਾਹਜਹਾਨ ਨੇ ਬਣਾਇਆ ਸੀ 17ਵੀਂ ਸਦੀ ਦੇ ਵਿੱਚ ਜਿੰਨੇ ਵੀ ਉੱਥੇ ਵਰਕਰ ਕੰਮ ਕਰ ਰਹੇ ਸੀ 20000 ਜਾਂ 22000 ਦੇ ਕਰੀਬ ਉਹਨਾਂ ਦੇ ਹੱਥ ਵੜਾ ਦਿੱਤੇ ਸੀਗੇ ਤਾਂ ਜੋ ਇਦਾਂ ਦੀ ਦੁਵਾਰਾ ਚੀਜ਼ ਨਾ ਬਣ ਸਕੇ ਸੋ ਪਹਿਲੀ ਥਿਉਰੀ ਦੇ ਹਿਸਾਬ ਨਾਲ ਇਹਨੂੰ ਰਾਜਾ ਪਰਮਾਰਦੀ ਦੇਵ ਨੇ ਬਣਾਇਆ 13ਵੀਂ ਸਦੀ 'ਚ ਤੇ ਦੂਜੀ ਥਿਉਰੀ ਦੇ ਹਿਸਾਬ ਨਾਲ ਇਹਨੂੰ 17ਵੀਂ ਸਦੀ 'ਚ ਬਣਾਇਆ दोनों चीज सही होडियो चेनने की कोशिश करते हैं कि इना चो केड़िया थ्योरिया सही नेरिया गलत ने सो आज वीडियो शुरू कर दे ताजमहल भी भगवान शिव के प्राचीन मंदिर को तोड़कर बनाया गया था दुनिया का सातवां अजूबा प्यार की निशानी क्या ताजमहल तेजो महालय है हाईकोर्ट हैज रिजेक्टेड फॉर द सर्वे ऑफ ताज महल. ਸੋ ਤਾਜਮਹਿਲ ਦੀ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਾ ਤਾਜਮਹਿਲ ਦੀ ਹਿਸਟਰੀ ਬਾਰੇ ਜਾਨਣਾ ਨਾ ਬਹੁਤ ਜ਼ਰੂਰੀ ਹੈ ਜਦੋਂ ਹਿਸਟਰੀ ਦੀ ਗੱਲ ਆਉਂਦੀ ਹੈ ਤਾਂ ਦੋ ਕਿਰਦਾਰ ਬਹੁਤ ਫੇਮਸ ਹੋਏ ਨੇ ਪਹਿਲਾ ਤਾਂ ਹੋਇਆ ਇਹ ਸ਼ਾਹਜਹਾਨ ਤੇ ਦੂਜੀ ਹੋਈ ਹੈ ਮੁਮਤਾਜ਼ ਸੋ ਸ਼ਾਹਜਹਾਨ ਦਾ ਜਨਮ 15 ਜਨਵਰੀ 1592 ਨੂੰ ਹੋਇਆ ਸੀ ਤੇ ਇਹਨਾਂ ਦਾ ਜਿਹੜਾ ਅਸਲੀ ਨਾਮ ਸੀ ਉਹ ਸੀਗਾ ਖੁਰਮ ਜਿਹੜਾ ਸ਼ਾਹਜਹਾਨ ਨਾਮ ਹੈ ਇਹ ਇੱਕ ਰਾਇਲ ਨੇਮ ਹੈ ਤੇ ਇਹ ਇਹਨਾਂ ਨੂੰ ਬਾਅਦ ਚੋਂ ਦਿੱਤਾ ਗਿਆ ਸੀ ਇਸ ਨੇਮ ਦਾ ਅਰਥ ਹੈ ਕਿੰਗ ਆਫ ਦਾ ਵਰਲਡ ਜਾਨੀ ਕਿ ਜਿਹੜਾ ਪੂਰਾ ਦੁਨੀਆ ਦਾ ਰਾਜਾ ਹੋਵੇ ਤੇ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੀਗਾ ਮੁਹੰਮਦ ਸਲੀ ਤੇ ਮਾਤਾ ਦਾ ਨਾਮ ਸੀਗਾ ਜਗਤ ਕੁਸ਼ੇਨ ਤੇ ਉਹ ਜਹਾਂਗੀਰ ਦੀ ਚੀਫ ਕੁਇਨ ਸੀ ਦੂਸਰੇ ਪਾਸੇ ਜੇ ਆਪਾਂ ਗੱਲ ਕਰਦੇ ਆ ਮਮਤਾਜ ਮਹਿਲ ਦੀ ਇਹਨਾਂ ਦਾ ਜਨਮ 27 ਅਪ੍ਰੈਲ 1593 ਦੇ ਵਿੱਚ ਹੋਇਆ ਸੀ ਤੇ ਜਿਹੜਾ ਮਮਤਾਜ ਮਹਿਲ ਨਾਮ ਸੀ ਇਹ ਵੀ ਇਹਨਾਂ ਨੂੰ ਵਿਆਹ ਤੋਂ ਬਾਅਦ ਮਿਲਿਆ ਸੀਗਾ ਪਹਿਲਾਂ ਇਹਨਾਂ ਦਾ ਨਾਮ ਸੀਗਾ ਅਰਜੂ ਮੰਡ ਬਾਨੂ ਬੇਗਮ ਤੇ ਸ਼ਾਹਜਹਾਂ ਦੀ ਜਿਹੜੀ ਮੰਗਣੀ ਹੋਈ ਸੀ ਉਹ ਹੋਈ ਸੀ 1607 ਦੇ ਵਿੱਚ ਤੇ ਜਿਹੜਾ ਵਿਆਹ ਹੋਇਆ ਸੀਗਾ ਉਹ ਹੋਇਆ ਸੀ 1612 ਦੇ ਵਿੱਚ ਸ਼ਾਹਜਹਾਂ ਦੀਆਂ ਹੋਰ ਵੀ ਬਹੁਤ ਪਤਨੀਆਂ ਸੀ ਜਿੱਦਾਂ ਕਿ ਕੰਦਾਰੀ ਮਹਿਲ ਤੇ ਅਕਬਾਰ ਦੀ ਮਹਿਲ ਪਰ ਜਿਹੜੇ ਇਹ ਰਿਸ਼ਤੇ ਸੀਗੇ ਇਹ ਕਹਿੰਦੇ ਆ ਕਿ ਰਾਜਨੀਤਿਕ ਗਠਜੋੜਨ ਦੇ ਕਰਕੇ ਹੋਏ ਸੀ ਤਾਂ ਕੇ ਆਪਣੇ ਹਨਾ ਦੂਜੇ ਰਾਜਿਆਂ ਦੇ ਨਾਲ ਤਾਲਮੇਲ ਬਣਿਆ ਰਿਹਾ ਸਿਰਫ ਨਾਮ ਦੇ ਹੀ ਰਿਸ਼ਤੇ ਸੀਗੇ ਇਹ ਵਾਲੇ ਜਿਆਦਾਤਰ ਜਿਹੜਾ ਰੁਝਾਨ ਸੀਗਾ ਸ਼ਾਹਜਹਾਂ ਦਾ ਉਹ ਮੁਮਤਾਜ਼ ਦੇ ਪ੍ਰਤੀ ਬਹੁਤ ਸੀ ਪਿਆਰ ਬਹੁਤ ਸੀਗਾ ਬਾਕੀ ਪਤਨੀਆਂ ਦੇ ਬਜਾਏ ਕਾਫੀ ਅਹੁਦੇ ਮਿਲੇ ਹੋਏ ਸੀ ਜਿੱਦਾਂ ਕਿ ਮਲਿਕਾ ਏ ਜਹਾਨ ਇਹਨੂੰ ਮਿਲਿਆ ਸੀ ਕੁਇਨ ਆਫ ਦਾ ਵਰਲਡ ਜਿੱਦਾਂ ਉਹ ਕਿੰਗ ਆਫ ਦਾ ਵਰਲਡ ਸੀ ਇਦਾਂ ਹੀ ਇਹ ਕੁਇਨ ਆਫ ਦਾ ਵਰਲਡ ਸੀ ਸੋ ਮੁਮਤਾਜ਼ ਮਹਿਲ ਦਾ ਜਿਹੜਾ ਮਹਿਲ ਸੀਗਾ ਜਿਹਨੂੰ ਖਾਸ ਮਹਿਲ ਕਿਹਾ ਜਾਂਦਾ ਹੈ ਇਹਨੂੰ ਪਿਓਰ 골ਡ ਦੇ ਨਾਲ ਸਜਾਇਆ ਜਾਂਦਾ ਸੀ ਉਹ ਵੀ ਹਰ ਰੋਜ਼ ਹਿਸਟਰੀ ਦੇ ਰਿਕਾਰਡ ਦੇ ਹਿਸਾਬ ਨਾਲ ਆਪਾਂ ਨੂੰ ਇਹ ਚੀਜ਼ ਪਤਾ ਲੱਗ ਦੀ ਹੈ ਕਿ ਜਿਹੜੀ ਮੁਮਤਾਜ਼ ਸੀਗੀ ਇਹਦਾ ਰਾਜਨੀਤਿਕ ਪੱਖਵਾਲ ਨੂੰ ਵੀ ਬਹੁਤ ਜ਼ਿਆਦਾ ਰੁਝਾਨ ਸੀਗਾ ਜਿੱਦਾਂ ਕਿ ਸ਼ਾਹਜਹਾਂ ਜਦੋਂ ਵੀ ਕਿਸੇ ਲੜਾਈ ਤੇ ਜਾਂਦੇ ਸੀ ਜਾਂ ਕੋਈ ਹੋਰ ਵੀ ਕੰਮ ਹੁੰਦਾ ਸੀ ਤੇ ਇਹ ਨਾਲ ਜਾਂਦੇ ਹੁੰਦੇ ਸੀ ਹਮੇਸ਼ਾ ਉਹਨਾਂ ਦੇ ਸੋ ਕਿੰਨਾ ਪਿਆਰ ਸੀ ਨਾ ਦੋਨਾਂ ਦੇ ਵਿੱਚ ਜੇ ਪਹਿਲੀ ਡੈਫੀਨੇਸ਼ਨ ਤੋਂ ਨਹੀਂ ਸਮਝਾਈ ਤਾਂ ਇਸ ਚੀਜ਼ ਤੋਂ ਬਹੁਤ ਚੰਗੇ ਤਰੀਕੇ ਨਾਲ ਸਮਝਾਉ ਕਿ ਕਿ ਜਿੱਥੇ ਬਾਕੀ ਪਤਨੀਆਂ ਦੇ ਕੋਲੋਂ ਸ਼ਾਹਜਹਾਂ ਦਾ ਸਿਰਫ ਇੱਕ ਬੱਚਾ ਸੀ ਇਕੱਲੀ ਮੁਮਤਾਜ਼ ਦੇ ਕੋਲੋਂ ਹੀ ਸ਼ਾਹਜਹਾਂ ਦੇ 14 ਬੱਚੇ ਹੋਏ ਨੇ ਜਿਹੜੇ ਕਿ ਅੱਧੇ ਦਾ ਜਨਮ ਦੇ ਦੌਰਾਨ ਹੀ ਮਾਰੇ ਗਏ ਕਿਉਂਕਿ ਉਸ ਟਾਈਮ ਜਿਹੜਾ ਡਾਕਟਰ ਸਿਸਟਮ ਸੀ ਉਹ ਬਹੁਤ ਘੱਟ ਹੁੰਦਾ ਸੀ 14ਵੇਂ ਬੱਚੇ ਨੂੰ ਜਨਮ ਦੇਣ ਲੱਗੇ ਜਿਹੜੀ ਮੁਮਤਾਜ਼ ਸੀਗੀ ਉਹਦੀ ਡੈਥ ਹੋ ਗਈ ਸੀ ਜਿਆਦਾ ਖੂਨ ਵਹਿਣ ਕਰਕੇ ਸੋ ਮੁਮਤਾਜ਼ ਮਹਿਲ ਦੀ ਜਿਹੜੀ ਡੈਥ ਹੋਈ ਸੀ ਉਹ 17 ਜੂਨ 1631 ਨੂੰ ਹੋਈ ਸੀ ਇਸ ਡੈਥ ਤੋਂ ਬਾਅਦ ਜਿਹੜੇ ਰਾਜਾ ਸ਼ਾਹਜਹਾਨ ਸੀਗੇ ਉਹਨਾਂ ਨੂੰ ਕਾਫੀ ਸਦਮਾ ਲੱਗਾ ਲੱਗਣਾ ਵੀ ਚਾਹੀਦਾ ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਸੀ ਸੋ ਕਾਫੀ ਹਫ਼ਤਿਆਂ ਤੱਕ ਸ਼ਾਹਜਹਾਂ ਰੋਂਦੇ ਰਹੇ ਤੇ ਹਿਸਟਰੀ ਦੇ ਵਿੱਚ ਲਿਖਿਆ ਗਿਆ ਕਿ ਉਹਨਾਂ ਨੇ ਆਪਣੇ ਆਪ ਨੂੰ 1 ਸਾਲ ਲਈ ਕਮਰੇ ਦੇ ਅੰਦਰ ਬੰਦ ਕਰਕੇ ਰੱਖਿਆ ਸੋ ਮੁਸਲਮਾਨ ਧਰਮ ਦੇ ਅਨੁਸਾਰ ਜਿਹੜੀ ਬਾਡੀ ਹੈ ਉਹ ਤਾਂ ਇੱਕ ਮਿੱਟੀ ਹੈ ਉਹ ਜਦੋਂ ਕਬਰ 'ਚ ਆਪਾਂ ਉਹਨੂੰ ਦਫਨਾ ਦਿੰਦੇ ਹਾਂ ਤੇ ਉਹ ਮਿੱਟੀ ਹੋ ਜਾਂਦੀ ਹੈ ਪਰ ਜਿਹੜੀ ਆਤਮਾ ਹੈ ਉਹਨੂੰ ਪਵਿੱਤਰ ਮੰਨਿਆ ਗਿਆ ਤੇ ਕਿਹਾ ਗਿਆ ਕਿ ਜਿਹੜਾ ਟੰਬ ਹੁੰਦਾ ਜਿਹੜੀ ਕਬਰ ਹੈ ਆਤਮਾ ਉਹਦੇ ਵਿੱਚ ਰਹਿੰਦੀ ਹੈ ਸੋ ਸ਼ਾਹਜਹਾਨ ਉਸ ਕਬਰ ਨੂੰ ਬਹੁਤ ਵੱਡਾ ਤੇ ਬਹੁਤ ਆਲੀਸ਼ਾਨ ਬਣਾਉਣਾ ਚਾਹੁੰਦਾ ਸੀ ਸੋ ਬਸ ਇਸੇ ਚਿੰਗਿਆੜੀ ਨੇ ਸ਼ਾਹਜਹਾਨ ਦੇ ਦਿਮਾਗ ਦੇ ਅੰਦਰ ਨਾ ਨੀਂ ਰੱਖ ਦਿੱਤੀ ਤਾਜਮਹਿਲ ਦੀ ਤਾਜਮਹਿਲ ਦਾ ਕੰਮ ਕਰਵਾਉਣ ਦੇ ਲਈ 우ਸਤਾਦ ਅਹਿਮਦ ਲਾਹੌਰੀ ਜੀ ਨੂੰ ਸੱਦਿਆ ਗਿਆ ਕਿਉਂਕਿ ਉਹ ਉਸ ਸਮੇਂ ਦੇ ਬਹੁਤ ਬੈਸਟ ਆਰਕੀਟੈਕਟ ਸੀ ਵਾਈਟ ਮਾਰਬਲ ਦੇ ਉੱਤੇ ਨਕਾਸ਼ੀ ਕੀਤੀ ਗਈ ਹੈ ਜਾਂ ਕਿਸੇ ਵੀ ਮਾਰਬਲ ਤੇ ਨਕਾਸ਼ੀ ਕੀਤੀ ਗਈ ਹੈ ਉਹ ਕਰਨ ਦੇ ਲਈ ਅਬਦੁਲ ਹaq ਸਿਰਾਜੀ ਜੀ ਨੂੰ ਸੱਦਿਆ ਗਿਆ ਸੋ ਸਮਾਨ ਨੂੰ ਇੱਧਰ ਤੋਂ ਉੱਧਰ ਲੈ ਕੇ ਜਾਣ ਦੇ ਲਈ ਹਜ਼ਾਰ ਤੋਂ ਵੱਧ ਹਾਥੀਆਂ ਦੀ ਵਰਤੋਂ ਕੀਤੀ ਗਈ ਹੈ ਤੇ ਮਾਰਬਲ ਵੀ ਬਹੁਤ ਤਰ੍ਹਾਂ ਦੇ ਇੱਥੇ ਲੱਗੇ ਨੇ ਚਿੱਟੇ ਮਾਰਬਲ ਨੂੰ ਰਾਜਸਥਾਨ ਤੋਂ ਮੰਗਵਾਇਆ ਗਿਆ ਜੈਸਪਰ ਨੂੰ ਪੰਜਾਬ ਤੋਂ ਮੰਗਵਾਇਆ ਗਿਆ ਜੇਡ ਤੇ ਕ੍ਰਿਸਟਲ ਨੂੰ ਚਾਈਨਾ ਤੋਂ ਮੰਗਵਾਇਆ ਗਿਆ ਜਿਹੜਾ ਸ਼ਫਾਇਰ ਸੀਗਾ ਉਹਨੂੰ ਸ਼੍ਰੀਲੰਕਾ ਤੋਂ ਮੰਗਵਾਇਆ ਗਿਆ ਇੱਕ ਟਰਕੁਆਇਜ਼ ਸੀਗਾ ਉਹਨੂੰ ਤਿੱਬਤ ਤੋਂ ਮੰਗਵਾਇਆ ਗਿਆ ਕਾਰਨੀਅਨ ਸੀਗਾ ਉਹਨੂੰ ਅਰਬੀ ਤੋਂ ਮੰਗਵਾਇਆ ਗਿਆ ਤੇ ਇਹਨੂੰ 22 ਸਾਲ ਲੱਗੇ ਨੇ ਬਣਨ ਦੇ ਵਿੱਚ ਤੇ 22000 ਮਜ਼ਦੂਰਾਂ ਨੇ ਇੱਥੇ ਹਿੱਸਾ ਲਿਆ ਸੋ ਇਸੇ ਗੱਲ ਕਰਕੇ ਕਾਫੀ ਸੋਹਣਾ ਹੈ ਤੇ ਸੋਹਣੇ ਹੋਣ ਦੇ ਨਾਲ-ਨਾਲ ਇਹਦੇ ਨਾਲ ਵਿਵਾਦ ਵੀ ਬਹੁਤ ਜੁੜੇ ਨੇ ਪਰ ਜਿਹੜਾ ਲੇਟੈਸਟ ਵਿਵਾਦ ਹੈ ਆਪਾਂ ਉਹਦੇ ਤੇ ਗੱਲ ਕਰਾਂਗੇ ਦੇ ਬੀਜੇਪੀ ਲੀਡਰ ਰਾਜਨੇਸ਼ ਸਿੰਘ ਨੇ ਲਾਹੌਰਬਾਦ ਕੋਰਟ ਨੂੰ ਪਟੀਸ਼ਨ ਪਾਈ ਕਿ ਜਿਹੜੇ ਤਾਜਮਹਿਲ ਦੇ 22 ਕਮਰੇ ਨੇ ਇਹਨਾਂ ਨੂੰ ਖੋਲ੍ਹਿਆ ਜਾਵੇ ਉਹ ਇਹ ਚਾਹੁੰਦੇ ਸੀ ਕਿ ASI ਜਾਨੀ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹਨਾਂ ਦੇ ਅੰਦਰ ਝਾਤ ਮਾਰ ਕੇ ਦੇਖਣ ਰਾਜਨੀਤ ਸਿੰਘ ਦੇ ਹਿਸਾਬ ਨਾਲ ਇਹਦੇ ਅੰਦਰ ਹਿੰਦੂ ਧਰਮ ਦੀਆਂ ਮੂਰਤੀਆਂ ਨੇ ਤੇ ਅੰਡਰ ਫਰੀडम ਆਫ ਇਨਫੋਰਮੇਸ਼ਨ ਉਹਨਾਂ ਨੂੰ ਸੱਚ ਜਾਣਨ ਦਾ ਹੱਕ ਹੈ ਪਰ ਜਿਹੜਾ ਕੋਰਟ ਸੀਗਾ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਜੱਜ ਸਾਹਿਬ ਨੇ ਇਹ ਕਿਹਾ ਕਿ ਤੁਸੀਂ ਪੱਲ ਸਿਸਟਮ ਦਾ ਮਜ਼ਾਕ ਬਣਾ ਰਹੇ ਹੋ ਸੋ ਇਹ ਨਾ ਸਮਝਿਓ ਕਿ ਜੇ ਉਹਨਾਂ ਨੇ ਪਟੀਸ਼ਨ ਖਾਰਜ ਕਰਤੀ ਤਾਂ ਸੱਚ ਸਾਹਮਣੇ ਨਹੀਂ ਆਊਗਾ ਵੀਡੀਓ ਦੇਖ ਕੇ ਤੁਹਾਨੂੰ ਸੱਚ ਤਾਂ ਗਾਂ ਪਤਾ ਲੱਗੂਗਾ ASI ਇੱਕ ਸੋਰਸ ਨੇ ਹਨ ਇੰਡੀਅਨ ਐਕਸਪ੍ਰੈਸ ਨੂੰ ਬਿਆਨ ਦਿੰਦੇ ਹੋਏ ਇਹ ਕਿਹਾ ਸੀ ਕਿ ਜਿਹੜੇ 22 ਕਮਰੇ ਆ ਅਸਲ ਦੇ ਵਿੱਚ ਕਮਰੇ ਨਹੀਂ ਇਹ ਇੱਕ ਨਾ ਲੰਬਾ ਕੋਰੀਡੋਰ ਹੈ ਤੇ ਇਹਦੇ ਉੱਪਰ ਦਰਵਾਜ਼ੇ ਲੱਗੇ ਹੋਏ ਨੇ ਤੇ ਇਹ ਵੀ ਨਹੀਂ ਹੈਗਾ ਕਿ ਇਸ ਦਰਵਾਜ਼ਿਆਂ ਨੂੰ ਕਦੇ ਖੋਲਿਆ ਨਾ ਗਿਆ ਹੋਵੇ ਇਹਨਾਂ ਨੂੰ ਇੱਕ ਹਫ਼ਤੇ ਜਾਂ ਦੋ ਹਫ਼ਤੇ ਬਾਅਦ ਸਾਫ਼ ਸਫਾਈ ਲਈ ਖੋਲਿਆ ਜਾਂਦਾ ਹੈ ਤੇ ਇੱਕ ਹੋਰ ਰਿਟਾਇਰਡ ਏਐਸਆਈ ਨੇ ਤਾਂ ਇਥੋਂ ਤੱਕ ਵੀ ਕਹਿਤਾ ਕਿ ਇਹਨਾਂ ਦੀਆਂ ਕੰਧਾਂ ਦੇ ਉੱਪਰ ਕੋਈ ਫੋਟੋਆਂ ਨਹੀਂ ਲੱਗੀਆਂ ਹੋਈਆਂ ਇਦਾਂ ਦੇ ਜਿਹੜੇ ਕਮਰੇ ਆ ਉਹ ਬਣਨੇ ਸੁਭਾਵਿਕ ਸੀਗੇ ਕਿਉਂਕਿ ਜਿਹੜੇ ਮੁਗਲ ਸਮਾਰਕ ਨੇ ਉਹਨਾਂ ਦੇ ਥੱਲੇ ਇਦਾਂ ਦੇ ਕੋਰੀਡੋਰ ਇਦਾਂ ਦੇ ਕਮਰੇ ਬਣੇ ਹੋਏ ਹੁੰਦੇ ਸੀਗੇ ਜਿੱਦਾਂ ਤੁਸੀਂ ਹਮਾਇਉਂ ਟੰਬ ਨੂੰ ਦੇਖ ਸਕਦੇ ਹੋ ਉਹਦੇ ਅੰਦਰ ਵੀ ਇਦਾਂ ਦੇ ਹੀ ਕਮਰੇ ਬਣੇ ਹੋਏ ਨੇ ਸੋ ਕੋਰੀਡੋਰ ਦਾ ਜਿਹੜਾ ਅਸਲੀ ਕੰਮ ਹੁੰਦਾ ਉਹ ਇਹ ਹੁੰਦਾ ਕਿ ਉਹ ਥੱਲੇ ਇੱਕ ਖਾਲੀ ਕਮਰੇ ਹੁੰਦੇ ਤਾਂ ਇਹਦੇ ਉੱਪਰ ਸਾਰਾ ਢਾਂਚਾ ਟਿਕਿਆ ਹੁੰਦਾ ਮਹਿਲ ਦਾ ਉਸ ਕਮਰਿਆਂ ਨੂੰ ਖੋਲਿਆ ਵੀ ਤਾਂ ਹੀ ਨੀ ਜਾ ਰਿਹਾ ਕਿਉਂਕਿ ਉਸ ਕਮਰੇ ਚ ਦੇਖਣ ਨੂੰ ਕੋਈ ਵੀ ਚੀਜ਼ ਨਹੀਂ ਹੈਗੀ ਤੇ ਭੀੜ ਭੜੱਕਾ ਹੀ ਉੱਥੇ ਵਧਣਾ ਹੈ ਸਾਰਿਆਂ ਨੂੰ ਪਤਾ ਹੈ ਕਿ ਤਾਜਮਹਿਲ ਜਿਹੜਾ ਇੱਕ ਹੈਰੀਟੇਜ ਸਾਈਟ ਹੈ ਨਾ ਪ੍ਰੋਟੈਕਟਿਡ ਹੈਰੀਟੇਜ ਸਾਈਟ ਹੈ ਤੇ ਇੱਥੇ ਕਾਫੀ ਸਿਕਿਉਰਿਟੀ ਲੱਗੀ ਰਹਿੰਦੀ ਹੈ ਤੇ ਜੇ ਉਹ ਖਾਲੀ ਕਮਰੇ ਵੀ ਖੋਲ ਦਿੱਤੇ ਗਏ ਤਾਂ ਹੋਰ ਕਿੰਨੀ ਸਿਕਿਉਰਿਟੀ ਲਾਉਣੀ ਪਊਗੀ ਤਾਜਮਹਲ ਵਾਲਿਆਂ ਨੂੰ ਸੋ ਇਸੇ ਕਰਕੇ ਉਸ ਕਮਰੇ ਨੂੰ ਬੰਦ ਕੀਤਾ ਗਿਆ ਹੈ ਪਟੀਸ਼ਨ ਰੱਦ ਹੋਣ ਦੇ ਬਾਅਦ ਵੀ ਇਹ ਜਿਹੜਾ ਮਾਮਲਾ ਸੀਗਾ ਇਹ ਠੰਡਾ ਨਹੀਂ ਪਿਆ ਕਈ ਮੀਡੀਆ ਚੈਨਲ ਵਾਲਿਆਂ ਨੇ ਇਹਨੂੰ ਲੂਣ ਮਿਰਚ ਮਸਾਲਾ ਲਾ ਕੇ ਬਹੁਤ ਹਾਈਲਾਈਟ ਕੀਤਾ ਗਿਆ ਤਿੰਨ ਚਾਰ ਦਿਨ ਇਹਦਾ ਤੇ ਕਾਫੀ ਬਹਿਸ ਚੱਲਦੀ ਰਹੀ ਜਦੋਂ ASI ਨੇ ਦੇਖਿਆ ਕਿ ਇਹਦੇ ਉੱਪਰ ਕਾਫੀ ਬਹਿਸ ਹੋ ਰਹੀ ਹੈ ਤੇ ਬਹਿਸ ਦਾ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਤਾਂ ਉਹਨਾਂ ਨੇ ਅੰਦਰੋਂ ਫੋਟੋਆਂ ਖਿੱਚ ਕੇ ਤਾਜਮਹਲ ਦੀਆਂ ਜਾਰੀ ਕਰ ਦਿੱਤੀਆਂ ਸੋ ਆਗਰਾ ਦੇ ਚੀਫ ਆਰ ਕੇ ਪਟੇਲ ਨੇ ਇੰਡੀਆ ਟੂਡੇ ਵਾਲਿਆਂ ਨੂੰ ਇੰਟਰਵਿਊ ਦਿੰਦੇ ਹੋਏ ਇਹ ਕਿਹਾ ਕਿ ਜਿਹੜੀਆਂ ਇਹ ਫੋਟੋਆਂ ਨੇ ਤੁਸੀਂ ASI ਦੀ ਵੈਬਸਾਈਟ ਦੇ ਉੱਤੋਂ ਲਾਈਵ ਦੇਖ ਸਕਦੇ ਆ ਸੋ ਇਦਾਂ ਨਹੀਂ ਕਿ ਇੱਕੋ ਪਟੀਸ਼ਨ ਪਾਈ ਗਈ ਇਸ ਤੋਂ ਪਹਿਲਾਂ ਵੀ ਕਾਫੀ ਪਟੀਸ਼ਨਾਂ ਪੈ ਚੁੱਕੇ ਸੀ ਅਪ੍ਰੈਲ 2015 ਦੇ ਵਿੱਚ 6 ਵਕੀਲਾਂ ਨੇ ਪਟੀਸ਼ਨ ਪਾਈ ਸੀ ਆਗਰਾ ਕੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਇੱਕ ਸ਼ਿਵ ਮੰਦਿਰ ਹੈ ਤੇ ਸਾਨੂੰ ਇੱਥੇ ਭਗਤੀ ਕਰਨ ਦੀ ਆਗਿਆ ਦਿੱਤੀ ਜਾਵੇ ਯਾਨੀ ਕਿ ਹਿੰਦੂਆਂ ਨੂੰ ਭਗਤੀ ਕਰਨ ਦੀ ਇੱਥੇ ਆਗਿਆ ਦਿੱਤੀ ਜਾਵੇ ਇੱਕ ਵਕੀਲ ਹੋਰ ਹੋਏ ਨੇ ਜਿਨ੍ਹਾਂ ਦਾ ਨਾਮ ਹੈ ਹਰੀ ਸ਼ੰਕਰ ਜੈਨ ਉਹਨਾਂ ਨੇ ਇਹ ਕਿਹਾ ਕਿ ਇਹ ਪਰਮਾਰਦੀ ਦੇਵ ਨੇ ਬਣਾਇਆ ਸੀ ਉਸ ਤੋਂ ਬਾਅਦ ਇਹ ਪਾਸ ਆਨ ਹੋਇਆ ਸੀ ਰਾਜਾ ਮਾਨ ਸਿੰਘ ਨੂੰ ਉਸ ਟਾਈਮ ਵੀ ਇਹ ਇੱਕ ਮੰਦਿਰ ਸੀਗਾ ਉਸ ਤੋਂ ਬਾਅਦ ਪਾਸ ਆਨ ਹੋਇਆ ਰਾਜਾ ਜੈ ਸਿੰਘ ਨੂੰ ਉਸ ਟਾਈਮ ਵੀ ਇਹ ਇੱਕ ਮੰਦਿਰ ਸੀਗਾ ਪਰ ਜਦੋਂ ਇਹ ਸ਼ਾਹਜਹਾਂ ਦੇ ਕੋਲ ਚਲਾ ਗਿਆ ਉਹਨਾਂ ਨੇ ਮੁਮਤਾਜ਼ ਦੀ ਡੈਥ ਤੋਂ ਬਾਅਦ ਇਹਨੂੰ ਇੱਕ ਟੰਬ ਦੇ ਵਿੱਚ ਤਬਦੀਲ ਕਰ ਦਿੱਤਾ ਸੋ ਪਟੀਸ਼ਨ ਪਾਉਣ ਤੋਂ ਬਾਅਦ ਨਾ ਜਿਹੜਾ ਕੋਰਟ ਸੀਗਾ ਕੋਰਟ ਨੇ ਗਵਰਨਮੈਂਟ ਨੂੰ ਇਹ ਕਿਹਾ ਕਿ ਤੁਹਾਨੂੰ ਇਹਦੇ ਤੇ ਆਪਣਾ ਕੋਈ ਸੁਝਾਅ ਦੇਣਾ ਚਾਹੀਦਾ ਹੈ ਪਰ ਗਵਰਨਮੈਂਟ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਦਾਂ ਦੀ ਕੋਈ ਵੀ ਅੰਦਰ ਚੀਜ਼ ਨਹੀਂ ਹੈਗੀ ਸੋ ਜਿਹੜੇ ਮਨਿਸਟਰ ਸੀਗੇ ਮਹੇਸ਼ ਸ਼ਰਮਾ ਉਹਨਾਂ ਨੇ ਲੋਕ ਸਭਾ ਦੇ ਵਿੱਚ ਸੰਬੋਧਨ ਉਦਨ ਕਰਦੇ ਹੋਏ ਕਿਹਾ ਸੀ ਕਿ ਸਾਨੂੰ ਕੋਈ ਵੀ ਅੰਦਰੋਂ ਐਦਾਂ ਦੇ ਸਬੂਤ ਨਹੀਂ ਮਿਲੇ ਕਿ ਜਿੱਥੋਂ ਇਹ ਪਤਾ ਲੱਗ ਸਕੇ ਕਿ ਜਿਹੜਾ ਤਾਜਮਹਿਲ ਹੈ ਉਹ ਇੱਕ ਮੰਦਰ ਹੈ 2017 ਦੇ ਵਿੱਚ ਇੱਕ ਹਿਸਟਰੀ ਲਿਖਣ ਵਾਲੀ ਰਾਣਾ ਸਫੀ ਨੇ ਇੱਕ ਵਲੌਗ ਲਿਖਿਆ ਸੀ ਤੇ ਉਹਨੇ ਵਲੌਗ ਦੇ ਵਿੱਚ ਇਹ ਲਿਖਿਆ ਸੀ ਕਿ ਜਿਹੜੇ ਮੁਗਲ ਰਾਜੇ ਸਕੇ ਇਹਨਾਂ ਨੂੰ ਹਿਸਟਰੀ ਲਿਖਵਾਉਣ ਦਾ ਬਹੁਤ ਸ਼ੌਕ ਹੁੰਦਾ ਸੀ ਜਿੱਦਾਂ ਕਿ ਜੇ ਆਪਾਂ ਜਹਾਂਗੀਰ ਨੂੰ ਦੇਖੀਏ ਤਾਂ ਉਹਨੇ ਆਪਣੀ ਉੱਪਰ ਜਹਾਂਗੀਰ ਨਾਮਾ ਲਿਖਾਇਆ ਯਾਨੀ ਕਿ ਆਟੋ ਬਾਇਓਗ੍ਰਾਫੀ ਵੀ ਇਹ ਬਹੁਤ ਲਿਖਾਉਂਦੇ ਹੁੰਦੇ ਸੀ ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਹਿਸਟਰੀ ਹੁੰਦੀ ਸੀਗੀ ਉਹਨੂੰ ਕੋਰਟ ਹਿਸਟਰੀ ਹਿਸਟਰੀ ਦੇ ਵਿੱਚ ਜ਼ਰੂਰ ਲਿਖਿਆ ਜਾਂਦਾ ਸੀ ਇਹਨਾਂ ਨੂੰ ਅਸਲ ਦੇ ਵਿੱਚ ਕਿਹਾ ਜਾਂਦਾ ਹੈ ਕੰਟੈਂਪੋਰੀ ਅਕਾਊਂਟੈਂਟ ਸੋ ਇਸੇ ਹਿਸਟਰੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਰਾਜਾ ਜੈ ਸਿੰਘ ਤੇ ਰਾਜਾ ਸ਼ਾਹਜਹਾਨ ਦੇ ਬਹੁਤ ਚੰਗੇ ਸਬੰਧ ਸੀਗੇ ਤੇ ਜਿਹੜੇ ਰਾਜਾ ਜੈ ਸਿੰਘ ਸੀਗੇ ਉਹ ਜ਼ਮੀਨ ਆਪਣੀ ਦਾਨ ਦੇ ਤੌਰ ਤੇ ਰਾਜਾ ਸ਼ਾਹਜਹਾਨ ਨੂੰ ਦੇਣਾ ਚਾਹੁੰਦੇ ਸੀ ਕਿ ਤੁਸੀਂ ਇਸ ਜ਼ਮੀਨ ਤੇ ਤਾਜਮਹਿਲ ਬਣਾ ਲਓ ਪਰ ਜਿਹੜਾ ਰਾਜਾ ਸ਼ਾਹਜਹਾਨ ਸੀਗਾ ਉਹ ਜ਼ਮੀਨ ਨੂੰ ਦਾਨ ਦੇ ਵਿੱਚ ਨਹੀਂ ਲੈਣਾ ਚਾਹੁੰਦੇ ਸੀ ਇਸੇ ਕਰਕੇ ਰਾਜਾ ਸ਼ਾਹਜਹਾਨ ਨੇ ਉਸ ਜ਼ਮੀਨ ਦੇ ਬਦਲੇ ਚਾਰ ਹਵੇਲੀਆਂ ਰਾਜਾ ਜੈ ਨੂੰ ਦਿੱਤੀਆਂ ਤੇ ਉਹਦਾ ਪੂਰਾ ਅਫੀਸ਼ੀਅਲ ਰਿਕਾਰਡ ਵੀ ਰੱਖਿਆ 1633 ਦੇ ਵਿੱਚ ਇਸ ਜ਼ਮੀਨ ਦਾ ਅਦਲਾ ਬਦਲੀ ਕੀਤੀ ਗਈ ਸੀ ਜੇ ਆਪਾਂ ਇਹ ਫਰਮਾਨ ਦੇਖਣਾ ਹੋਵੇ ਤਾਂ ਅੱਜ ਵੀ ਜੈਪੁਰ ਜਾ ਸਕਦੇ ਹੋ ਉੱਤੇ ਸਿਟੀ ਪੈਲੈਸ ਦੇ ਵਿੱਚ ਇਹ ਫਰਮਾਨ ਹੱਲੇ ਵੀ ਲਿਖਿਆ ਹੋਇਆ ਹੈ ਸੋ ਸਵਾਲ ਤਾਂ ਇੱਕ ਇਸ ਚੀਜ਼ ਦਾ ਉੱਠਦਾ ਹੈ ਕਿ ਇੰਨੀ ਹਿਸਟਰੀ ਰੱਖਣ ਦੇ ਬਾਵਜੂਦ ਵੀ ਕਿਹੜਾ ਬੰਦਾ ਇੰਨਾ ਝੂਠ ਫਲਾ ਰਿਹਾ ਕਿ ਇਹ ਸ਼ਿਵ ਮੰਦਰ ਹੈ ਜਾਂ ਇਹ ਮੰਦਰ ਹੈ ਇਹ ਜੈ ਸਿੰਘ ਦਾ ਨਹੀਂ ਸੀ ਜਾਂ ਇਹਨੂੰ ਸ਼ਾਹਜਹਾਨ ਨੇ ਕਬਜ਼ੇ 'ਚ ਲੈ ਲਿਆ ਜਾਂ 2022ਰ ਬੰਦਿਆਂ ਦੇ ਹੱਥ ਵੜਤੇ ਇਹ ਝੂਠ ਕੋਣ ਫਲਾ ਰਿਹਾ ਸੋ ਇਸ ਚੀਜ਼ ਦਾ ਵੀ ਆਪਾਂ ਤੁਹਾਨੂੰ ਪੂਰਾ ਜਵਾਬ ਦਿੰਨੇ ਆ ਸੋ ਇਹਦਾ ਜਵਾਬ ਇਹ ਹੈ ਕਿ ਇੱਕ ਇਨਸਾਨ ਹੈ ਉਹਦਾ ਨਾਮ ਹੈ ਪਰਸ਼ੋਤਮ ਨਾਗੇਸ਼ ਤੇ ਸਭ ਤੋਂ ਪਹਿਲਾਂ ਜਿਹੜਾ ਇਹ ਕਲੇਮ ਹੈ ਉਹਨੇ ਕੀਤਾ ਸੀ ਅਸਲ ਦੇ ਵਿੱਚ ਉਹ ਕੋਈ ਵੀ ਹਿਸਟੋਰੀਅਨ ਬੰਦਾ ਨਹੀਂ ਹੈਗਾ ਦੂਰ ਦੂਰ ਤੱਕ ਉਹਦਾ ਹਿਸਟਰੀ ਨਾਲ ਕੋਈ ਵਾਸਤਾ ਨਹੀਂ ਹੈਗਾ ਪਰ ਉਹਨੂੰ ਹਿਸਟਰੀ ਲਿਖਣੀ ਬਹੁਤ ਜ਼ਿਆਦਾ ਪਸੰਦ ਹੈ ਉਹ ਵੀ ਆਪਣੇ ਹਿਸਾਬ ਦੇ ਨਾਲ ਸੋ ਕਦੇ ਵੀ ਜਦੋਂ ਆਪਾਂ ਨਾ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਵੀ ਹਿਸਟਰੀ ਦੀ ਆਪਾਂ ਨੌਲੇਜ ਲੈਣੀ ਹੋਵੇ ਤਾਂ ਆਪਾਂ ਹਿਸਟਰੀ ਦੀ ਨੌਲੇਜ ਕਿੱਥੋਂ ਲੈਣੇ ਆ ਅਖਬਾਰਾਂ ਤੋਂ ਲੈਣੇ ਆ ਟੀਵੀ ਤੋਂ ਲੈਣੇ ਆ ਪੁਰਾਣੀਆਂ ਵੀਡੀਓ ਇਸ ਤੋਂ ਲੈਨੇ ਆ ਕਿਸੇ ਮੈਲ ਦੇ ਵਿੱਚ ਜਾਂਨੇ ਆ ਉੱਥੇ ਜਿਹੜੇ ਲਿਖਿਓ ਪਏ ਹੁੰਦੇ ਆ ਰਾਜਿਆਂ ਦੇ ਹੱਥੀ ਲਿਖਿਓ ਹੁੰਦੀਆਂ ਚੀਜ਼ਾਂ ਉੱਥੋਂ ਆਪਾਂ ਨੂੰ ਹਿਸਟਰੀ ਦਾ ਪਤਾ ਲੱਗਦਾ ਹੈ ਪਰ ਇਹ ਜਿਹੜਾ ਬੰਦਾ ਹੈ ਇਹ ਆਪਣੇ ਦਿਮਾਗ ਦੇ ਹਿਸਾਬ ਨਾਲ ਹਿਸਟਰੀ ਨੂੰ ਕ੍ਰੀਏਟ ਕਰਦਾ ਹੈ ਜਿੱਦਾਂ ਕਿ ਤੁਹਾਨੂੰ ਮੈਂ ਉਦਾਹਰਨ ਦੇ ਤੌਰ ਤੇ ਦੱਸ ਦਾਂ ਕਿ ਜਿਹੜਾ 크੍ਰਿਸਚੀਅਨ ਧਰਮ ਹੈ ਇਹਨਾਂ ਦੇ ਹਿਸਾਬ ਨਾਲ ਉਹ 크੍ਰਿਸਚਨ ਨੀਤੀ ਦੇ ਵਿੱਚੋਂ ਨਿਕਲ ਕੇ ਆਇਆ ਜਿਹੜੇ ਜੀਸਸ ਸੀਗੇ ਉਹ 13 ਤੋਂ 30 ਸਾਲ ਦੀ ਉਮਰ ਦੇ ਵਿੱਚ ਇੰਡੀਆ ਆਏ ਸੀ ਤੇ 크੍ਰਿਸਚਨ ਭਗਵਾਨ ਦੇ ਕੋਲੋਂ ਉਹਨਾਂ ਨੇ ਕਾਫੀ ਕੁਝ ਸਿੱਖਿਆ ਤੇ ਬਾਹਰ ਜਾ ਕੇ 크੍ਰਿਸਚਨ ਨੀਤੀ ਨੂੰ ਕ੍ਰਿਸਚਨ ਧਰਮ ਦੇ ਵਿੱਚ ਤਬਦੀਲ ਕਰ ਦਿੱਤਾ ਇਸਲਾਮ ਧਰਮ ਦੇ ਵਿੱਚ ਜਿਹੜਾ ਇਬਰਾਹਿਮ ਨਾਮ ਹੈ ਇਹਨਾਂ ਨੇ ਹਿਸਾਬ ਨਾਲ ਉਹ ਬ੍ਰਹਮਾ ਤੋਂ ਨਿਕਲ ਕੇ ਆਇਆ ਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਇੱਕ ਫਾਈਲ ਦੇ ਵਿੱਚ ਇਕੱਠਾ ਕਰਕੇ 2000 ਸਾਲ ਦੇ ਵਿੱਚ ਕੋਰਟ ਦੇ ਵਿੱਚ ਇਹਨਾਂ ਨੇ ਇੱਕ ਪਟੀਸ਼ਨ ਪਾ ਦਿੱਤੀ ਸੀ ਕੋਰਟ ਵੱਲੋਂ ਜੱਜ ਵੱਲੋਂ ਇਹਨਾਂ ਦਾ ਕਾਫੀ ਮਜ਼ਾਕ ਬਣਾਇਆ ਗਿਆ ਬੇਇੱਜ਼ਤੀ ਦਾ ਸਾਹਮਣਾ ਵੀ ਕਰਨਾ ਪਿਆ ਉੱਥੇ ਕਿ ਤੁਸੀਂ ਆਪਣੀਆਂ ਜਿੰਨੀਆਂ ਚੀਜ਼ਾਂ ਲਿਖੀਆਂ ਸਾਰੀਆਂ ਦਿਮਾਗ ਚੋਂ ਹੀ ਕੱਢ ਕੇ ਲਿਖੀਆਂ ਨੇ ਇਹਦਾ ਗਲਤ ਅਸਰ ਕੀ ਪਿਆ ਕਿ ਜਦੋਂ 2010 ਆਇਆ WhatsApp ਦਾ ਜ਼ਮਾਨਾ ਆਇਆ ਤਾਂ ਇਸ ਫਾਈਲ ਨੂੰ ਰੂਪਾਂ ਦੇ ਵਿੱਚ ਕਾਫੀ ਅੱਗੇ ਤੋਂ ਅੱਗੇ ਸੈਂਡ ਕੀਤਾ ਗਿਆ ਤੇ ਲੋਕ ਕਾਫੀ ਭੋਲੇ ਭਾਲੇ ਨੇ ਉਹ ਇਹਨਾਂ ਅਫਵਾਹਾਂ ਦੇ ਵਿੱਚ ਫਸਦੇ ਗਏ ਤੇ ਕੋਰਟ 'ਚ ਕਾਫੀ ਪਟੀਸ਼ਨਾਂ ਪਾਈਆਂ ਤੇ ਕੋਰਟ ਦਾ ਕਾਫੀ ਸਮਾਂ ਇਹਨਾਂ ਪਟੀਸ਼ਨਾਂ ਦੇ ਵਿੱਚ ਖਰਾਬ ਕੀਤਾ ਗਿਆ ਦੂਸਰੀ ਥਿਉਰੀ ਹੈ ਕਿ ਸ਼ਾਹਜਹਾਨ ਨੇ ਆਪਣੇ 20000 ਵਰਕਰਾਂ ਦੇ ਹੱਥ ਵੜਾ ਦਿੱਤੇ ਸੀਗੇ ਸੋ ਉਹਦੇ ਬਾਰੇ ਵੀ ਥੋੜੀ ਗੱਲ ਕਰ ਲੈਂਦੇ ਹਾਂ ਸ਼ਾਹਜਹਾਨ ਦੇ ਉੱਪਰ ਨਾ ਹੱਥ ਵੜਨ ਦੇ ਕਾਫੀ ਇਲਜ਼ਾਮ ਲੱਗਦੇ ਨੇ ਮੈਂ ਵੀ ਜਦੋਂ ਇੱਕ ਵਾਰ ਤਾਜਮਹਿਲ ਜਾ ਕੇ ਆਇਆ ਮੈਂ ਵੀ ਇਹ ਗੱਲ ਆਪਣੇ ਵਲੌਗ ਦੇ ਵਿੱਚ ਕਹੀ ਸੀ ਕਿ ਸ਼ਾਹਜਹਾਨ ਨੇ ਹੱਥ ਵੜ ਦਿੱਤੇ ਸੀ ਇਹਦਾ ਕੋਈ ਵੀ ਲੌਜੀਕਲ ਜਾਂ ਕੋਈ ਵੀ ਹਿਸ ਕਤੇ ਵੀ ਲਿਖਿਓ ਨਹੀਂ ਮਿਲਦੀ ਕਿ ਸ਼ਾਹਜਹਾਨ ਨੇ ਆਪਣੇ ਵਰਕਰਾਂ ਦੇ ਹੱਥ ਵੜ ਦਿੱਤੇ ਸੀ ਵੈਸੇ ਇਹ ਲੌਜੀਕਲੀ ਅਪਰੂਵ ਵੀ ਨਹੀਂ ਆਪਾਂ ਕਰ ਸਕਦੇ ਕਿਉਂਕਿ 22000 ਵਰਕਰ ਸੀ ਤੇ 22000 ਵਰਕਰ ਦਾ ਆਪਾਂ ਇੱਕ ਦਿਨ ਦੇ ਵਿੱਚ ਹੱਥ ਨਹੀਂ ਵੱਢ ਸਕਦੇ ਘੱਟੋ ਘੱਟ 7 ਦਿਨ 8 ਦਿਨ ਲੱਗੇ ਹੋਣਗੇ ਤੇ ਕੋਈ ਵੀ ਇੰਨਾ ਭਲਾ ਮਾਨਸ ਨਹੀਂ ਹੈਗਾ ਕਿ ਲੇਨ ਦੇ ਵਿੱਚ ਲੱਗ ਕੇ ਆਇਆ ਹੋਊਗਾ ਤੇ ਕਿਹਾ ਹੋਊਗਾ ਜੀ ਲਓ ਜੀ ਮੇਰੇ ਹੱਥ ਵੜਦੇ ਹੋ ਸਮਾਂ ਕਿ ਇਹਦੇ ਤੋਂ ਉਲਟ ਸ਼ਾਹਜਹਾਨ ਆਪਣੇ ਵਰਕਰਾਂ ਦਾ ਕਾਫੀ ਖਿਆਲ ਰੱਖਦਾ ਹੁੰਦਾ ਸੀ ਜਿੱਦਾਂ ਦਿੱਲੀ ਦੇ ਵਿੱਚ ਸ਼ਾਜਹਾਂ ਬਾਦ ਬਣਿਆ ਹੋਇਆ ਹੈ ਤੇ ਉਹ ਸਾਰਾ ਵਰਕਰਾਂ ਦਾ ਹੀ ਅੱਗੇ ਤੋਂ ਅੱਗੇ ਪੀੜੀਦਰ ਪੀੜੀ ਚੱਲਦੀ ਆ ਰਹੀ ਹੈ ਸੋ ਇਹ ਨਹੀਂ ਕਿ ਸ਼ਾਹਜਹਾਨ ਨੇ ਤਾਜਮਹਿਲ ਬਣਾਇਆ ਉਸ ਤੋਂ ਬਾਅਦ ਰੈੱਡ ਫੋਰਟ ਵੀ ਬਣਿਆ ਜਾਮਾ ਮਸਜਿਦ ਵੀ ਬਣੀ ਹੈ ਬਰੀਨ ਦੇ ਨਾਲ ਇਹ ਸੋਚ ਕੇ ਦੇਖੋ ਕਿ ਜੇ ਜਿਨੇ ਹੱਥ ਵੜਾ ਦਿੱਤੇ ਹੁੰਦੇ ਤਾਜ ਮਹਿਲ ਤੋਂ ਬਾਅਦ ਤੇ ਜਦੋਂ ਰੈੱਡ ਫੋਰਟ ਬਣਿਆ ਜਾਮਾ ਮਸਜਿਦ ਬਣੀ ਆ ਤਾਂ ਕੋਈ ਵੀ ਮਜ਼ਦੂਰ ਕੰਮ ਕਰਨ ਨਹੀਂ ਜਾਊਗਾ ਕਿਉਂਕਿ ਉਹਨੂੰ ਇਹ ਪਤਾ ਕਿ ਇਹ ਰਾਜਾ ਬਾਲਾ ਇਕਬਾ ਹੈ ਇਹ ਤਾਂ ਕੰਮ ਕਰਨ ਤੋਂ ਬਾਅਦ ਜਦੋਂ ਪੂਰੀ ਇਮਾਰਤ ਬਣ ਜਾਂਦੀ ਹੈ ਤੇ ਇਹ ਤਾਂ ਬੰਦਿਆਂ ਦੇ ਹੱਥ ਵੜ ਦਿੰਦਾ ਹੈ ਲੌਜੀਕਲੀ ਜੇ ਸੋਚਿਆ ਜਾਵੇ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਜਿਹੜਾ ਰਾਜਾ ਸੀਗਾ ਉਹ ਕਾਫੀ ਗੁੱਡ ਸੀ ਮਜ਼ਦੂਰਾਂ ਦੇ ਲਈ ਤੇ ਉਸ ਟਾਈਮ ਨੂੰ ਗੋਲਡਨ 에ਰਾ ਟਾਈਮ ਮੰਨਿਆ ਜਾਂਦਾ ਹੈ ਮਜ਼ਦੂਰਾਂ ਦੇ ਲਈ ਕਿ ਉਹ ਜਿਹੜਾ ਰਾਜਾ ਸੀ ਉਹ ਆਪਣੇ ਮਜ਼ਦੂਰਾਂ ਦੇ ਇੰਨੀ ਟੇਕ ਕੇਅਰ ਕਰਦਾ ਹੁੰਦਾ ਸੀ ਸੋ ਇਹ ਹਿਸਟਰੀ ਹੈ ਤਾਜਮਹਿਲ ਦੀ ਤੇ ਆਪਾਂ ਨੂੰ ਵੀ ਪ੍ਰਾਊਡ ਫੀਲ ਕਰਨਾ ਚਾਹੀਦਾ ਹੈ ਕਿ ਇੰਨੀ ਸੋਹਣੀ ਚੀਜ਼ ਆਪਣੇ ਇੰਡੀਆ ਦੇ ਵਿੱਚ ਹੈ ਤੇ ਬਾਹਰੋਂ ਫੋਰਨਰ ਕਿੰਨੇ ਤਾਜਮਹਿਲ ਨੂੰ ਦੇਖਣ ਆਉਂਦੇ ਨੇ ਲੱਖਾਂ ਦੇ ਹਿਸਾਬ ਨਾਲ ਜਦੋਂ ਅਸੀਂ ਵੀ ਗਏ ਸੀ ਉਦੋਂ ਵੀ ਕਾਫੀ ਲੋਕ ਆਏ ਹੋਏ ਸੀ ਸੋ ਇਹ ਸੀਗੀ ਜੀ ਤਾਜਮਹਿਲ ਦੀ ਹਿਸਟਰੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਬਹੁਤ ਵਧੀਆ ਲੱਗੀ ਹੋਊਗੀ ਜੇ ਤੁਹਾਨੂੰ ਲੱਗਾ ਕਿ ਕਿਸੇ ਜਗ੍ਹਾ ਤੇ ਕੋਈ ਚੀਜ਼ ਗਲਤ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜਾ ਕੇ ਦੱਸਿਓ ਤੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਸਰਬੱਤ ਦਾ ਭਲਾ ਜੀ